हां जी प्यारे बच्चों नमस्कार आज ਆਪਾਂ 8ਵੀਂ ਜਮਾਤ ਦਾ ਇੰਗਲਿਸ਼ ਦਾ ਪੇਪਰ 25 ਜਨਵਰੀ 2021 ਨੂੰ ਜੋ ਹੋ ਚੁੱਕਿਆ ਹੈ ਦੇ 35 ਨੰਬਰਾਂ ਵਾਲੇ ਪ੍ਰਸ਼ਨ ਉੱਤਰ 35 ਨੰਬਰ ਦਾ ਪੇਪਰ ਹੈ ਨੂੰ ਦੇਖਾਂਗੇ ਕਿ ਕਿਸ ਤਰ੍ਹਾਂ ਆਇਆ ਸੀ ਠੀਕ ਹੈ ਸਭ ਤੋਂ ਪਹਿਲਾਂ ਸਾਨੂੰ ਨਾ ਇੱਕ ਪੈਰਾ ਦਿੱਤਾ ਹੋਏਗਾ ਇਸ ਸਟੇਟਮੈਂਟ ਬੜੋ ਰੀਡ ਦਾ ギਵਨ ਕੰਪਰੀਹੈਂਸ਼ਨ ਪੈਸੇਜ ਕੇਅਰਫੁਲੀ ਐਂਡ ਆਨਸਰ ਦਾ ਕੁਐਸਚਨ ਜੁ ਦੈਟ ਫੋਲੋ ਅਸੀਂ ਇਹ ਪੈਰਾ ਪੜ੍ਹਨਾ ਹੈ ਇਸ ਤੋਂ ਬਾਅਦ ਸਾਨੂੰ ਜੋ ਪ੍ਰਸ਼ਨ ਉਤਰ ਦਿੱਤੇ ਹੋਣਗੇ ਉਹਨਾਂ ਦੇ ਉੱਤਰ ਸਹੀ ਤਰੀਕੇ ਨਾਲ ਦੇਣੇ ਨੇ ਠੀਕ ਹੈ ਅਸੀਂ ਪੈਰਾ ਪੜ੍ਹ ਦਿੰਨੇ ਆ ਗੁੱਡ ਮੈਨਰਸ ਆਰ ਬੈਸਟ ਲਰਨਡ ਡਰਿੰਗ ਚਾਈਲਡਹੂਡ ਵੈਨ ਸਮਬਡੀ ਗਿਵਸ ਅ ਚਾਈਲਡ ਸਮਥਿੰਗ অর ਡਸ ਸਮਥਿੰਗ ਫੋਰ ਹਿਮ ਦਾ ਚਾਈਲਡ ਇਜ਼ ਟੋਲਡ ਬਾਈ ਹਿਜ਼ ਪੈਰੈਂਟਸ ਟੂ ਸੇ ਥੈਂਕ ਯੂ ਵੈਨ ਹੀ ਆਸਕਸ ਫੋਰ ਸਮਥਿੰਗ ਹੀ ਇਜ਼ ਟਾਚ ਟੂ ਸੇ ਪਲੀਜ਼ ਵੈਨ ਹੀ ਡਸ অর ਸੇਸ ਸਮਥਿੰਗ ਰੋਂਗ ही इज टॉट टू से सिंपल फॉर्मूलाज ऑफरटसी दीज आर मैनी अदरस देर आर मैनी अदरस बट आल ऑफ दैम आर मार्क ऑफ गुड अप्रिंगिंग गुड मैनर्स आर मोस्ट ਗੁੱਡ ਮੈਨਰਸ ਕਾਸਟ ਨਾਥਿੰਗ ਬਟ ਦੇ ਬਟ ਦੇ ਬਿੰਦ ਹਾਰਟਸ ਆਫ ਦੂਸ ਹੂ ਬੂਮ ਟੂ ਬੂਮ ਦੇ ਆਰ ਆ ਸ਼ਾਉਨ ਇਸ ਤੋਂ ਬਾਅਦ ਅਸੀਂ ਕੁਐਸਚਨਸ ਪੜ੍ਹਦੇ ਆ ਕੁਐਸਚਨ ਨੰਬਰ 1 ਵਾਟ ਇਜ਼ ਦ ਬੈਸਟ ਟਾਈਮ ਟੂ ਲਰਨ ਗੁੱਡ ਮੈਨਰਸ ਜ਼ਿੰਦਗੀ ਵਿੱਚ ਚੰਗੇ ਮੈਨਰਾਂ ਨੂੰ ਸਿੱਖਣ ਦਾ ਕੀ ਸਮਾਂ ਹੈ ਸਭ ਤੋਂ ਵਧੀਆ अर्ਲੀ ਚਾਈਲਡਹੂਡ ਪਹਿਲਾ ਬਚਪਨ ਮਿਡਲ ਚਾਈਲਡਹੂਡ ਠੀਕ ਹੈ ਵਿਚਕਾਰਲਾ ਬਚਪਨ ਸਕੂਲ ਹਾਅਰਜ਼ ਸਕੂਲ ਦੇ ਦਿਨ ਤੇ ਅਡਲਟ ਹੁੱਡਾ ਵੱਡੀ ਉਮਰ ਦਾ ਠੀਕ ਹੈ ਇਹਨਾਂ ਦੇ ਵਿੱਚੋਂ ਤੁਸੀਂ ਟਿੱਕ ਲਗਾ ਦੇਣੀ ਹੈ ਕੁਐਸਚਨ ਨੰਬਰ 2 ਵਾਟ ਸ਼ੁੱਡ ਅ ਚਾਈਲਡ ਬੀ ਟੋਲਡ ਟੂ ਸੇ ਵੈਨ ਸਮਬਡੀ ਗਿਵਸ ਹਿਮ ਸਮਥਿੰਗ ਬੱਚੇ ਨੂੰ ਕੀ ਸਿਖਾਇਆ ਜਾਣਾ ਚਾਹੀਦਾ ਹੈ ਕਿ ਜਦੋਂ ਉਸ ਨੂੰ ਕੋਈ ਕੋਈ ਚੀਜ਼ ਦੇਵੇ ਤਾਂ ਉਹ ਕੀ ਬੋਲੇ ਵੈਲਕਮ ਬੋਲੇ ਸੌਰੀ ਬੋਲੇ ਜਾਂ ਫਿਰ ਪਲੀਜ਼ ਬੋਲੇ ਜਾਂ ਫਿਰ ਥੈਂਕ ਯੂ ਬੋਲੇ ਠੀਕ ਹੈ ਕੁਐਸਚਨ ਨੰਬਰ 3 ਵਾਟ ਸ਼ੁੱਡ ਅ ਚਾਈਲਡ ਬੀ ਟਾਊਟ ਟੂ ਸੇ ਬੈਨ ਦਾ ਬੈਨ ਹੀ ਆਸਕਸ ਫੋਰ ਸਮਥਿੰਗ ਜਦੋਂ ਉਸ ਨੂੰ ਕੋਈ ਚੀਜ਼ ਮੰਗੀ ਜਾਵੇ ਤਾਂ ਉਸ ਨੂੰ ਕੀ ਬੋਲਣਾ ਸਿਖਾਇਆ ਜਾਵੇ ਵੈਲਕਮ ਥੈਂਕ ਯੂ ਸੌਰੀ ਪਲੀਜ਼ ਠੀਕ ਹੈ ਇਹਨਾਂ ਚਾਰਾਂ ਦੇ ਵਿੱਚੋਂ ਅਸੀਂ ਟਿਕ ਲਗਾ ਦੇਣੀ ਹੈਗੀ ਹੈ ਇਹਨਾਂ ਦੇ ਵਿੱਚੋਂ ਕਿਹੜਾ ਸ਼ਬਦ ਉਸ ਨੂੰ ਬੋਲਣਾ ਸਿਖਾਇਆ ਜਾਣਾ ਚਾਹੀਦਾ ਹੈ ਕੁਐਸਚਨ ਨੰਬਰ 4 ਬਟ ਸ਼ੁੱਡ ਏ ਚਾਈਲਡ ਬੀ ਟਾਟ ਟੂ ਸੇ ਵੈਨ ਹੀ ਡਸ অর ਸੇ ਸਮਥਿੰਗ ਰੋਂਗ ਬੱਚੇ ਨੂੰ ਕੀ ਬੋਲਣਾ ਸਿਖਾਇਆ ਜਾਵੇ ਜਦੋਂ ਉਹ ਕੋਈ ਗਲਤੀ ਕਰਦਾ ਹੈ ਠੀਕ ਹੈ ਜਾਂ ਕੁਝ ਗਲਤ ਬੋਲਦਾ ਹੈ ਆਪਸ਼ਨ ਨੰਬਰ 1 ਹੈਗਾ ਪਲੀਜ਼ ਬੀ ਹੈਗਾ ਥੈਂਕ ਯੂ ਸੀ ਹੈਗਾ ਸੌਰੀ ਡੀ ਹੈਗਾ ਵੈਲਕਮ ਠੀਕ ਹੈ ਅਸੀਂ ਦੇਖਣਾ ਹੈ ਕਿ ਇਸ ਨੂੰ ਕੀ ਸਿਖਾਇਆ ਜਾਂਦਾ ਹੈ ਕੁਐਸਚਨ ਨੰਬਰ 5 ਵਿੱਚ ਵਨ ਆਫ ਦਾ ਫਾਲੋਇੰਗ ਇਜ਼ ਨਾਟ ਟਰੂ ਅਬਾਊਟ ਗੁੱਡ ਮੈਨਰਸ ਇਨ੍ਹਾਂ ਵਿੱਚੋਂ ਕਿਹੜਾ ਸ਼ਬਦ ਹੈ ਜਿਹੜਾ ਗੁੱਡ ਮੈਨਰਸ ਬਾਰੇ ਸਹੀ ਨਹੀਂ ਹੈ অপਸ਼ਨ ਨੰਬਰ ਏ ਹੈ ਕਿ ਦਾ ਬੈਨ ਹਰਟਸ ਆਫ ਆਦਰਜ਼ ਦੂਜਿਆਂ ਦੇ ਦਿਲ ਜਿੱਤਣਾ অপਸ਼ਨ ਨੰਬਰ ਬੀ ਦੇ ਕੈਨ ਬੀ ਲਰਨਡ ਓਨਲੀ ਇਨ ਅਡਲਟ ਹੁੱਡ ਉਹਨਾਂ ਨੂੰ ਸਿਰਫ ਵੱਡੀ ਉਮਰ ਦੇ ਵਿੱਚ ਹੀ ਜਿੱਤਿਆ ਜਾ ਸਿੱਖਿਆ ਜਾ ਸਕਦਾ ਹੈ অপਸ਼ਨ ਨੰਬਰ 3 ਦੇ ਆਰ ਏ ਮਾਰਕ ਆਫ ਗੁੱਡ ਅਪਬ੍ਰਿੰਗਿੰਗ ਉਹ ਸਾਡੇ ਵੱਡੇ ਹੋਣ ਦਾ ਇੱਕ ਚੰਗਾ ਨਿਸ਼ਾਨੀ ਹਨ ਠੀਕ ਹੈ ਵਧੀਆ ਹੋਣ ਦਾ অপਸ਼ਨ ਨੰਬਰ 4 ਦੇ ਕਾਸਟ ਨਾਥਿੰਗ ਉਹਨਾਂ ਦਾ ਕੋਈ ਮੁੱਲ ਨਹੀਂ ਲੱਗਦਾ ਇਸ ਤੋਂ ਬਾਅਦ ਅਸੀਂ ਅਗਲੀ ਸਟੇਟਮੈਂਟ ਪੜ੍ਹਦੇ ਹਾਂ ਜਿਹੜੀ ਸਾਨੂੰ ਆ ਦਿੱਤੀ ਹੋਈ ਹੈ ਰੀਡ ਦਾ ਫੋਲੋਇੰਗ ਕਨਵਰਸੇਸ਼ਨ ਕੇਅਰਫੁੱਲੀ ਐਂਡ ਆਨਸਰ ਦਾ ਕੁਐਸਚਨਸ ਥੈਟ ਫੋਲੋ ਇਸੀ ਇਸ ਗੱਲਬਾਤ ਨੂੰ ਚੰਗੀ ਤਰ੍ਹਾਂ ਪੜ੍ਹਨਾ ਹੈ ਤੇ ਇਹਦੇ ਤੇ ਆਨਸਰਾਂ ਦਾ ਕੁਐਸਚਨ ਕੁਐਸਚਨ ਦਾ ਆਨਸਰ ਦੇਣਾ ਹੈ ਠੀਕ ਹੈ ਇਹਦੇ ਸਾਨੂੰ 5 ਨੰਬਰ ਹੋਣਗੇ ਸਭ ਤੋਂ ਪਹਿਲਾਂ ਮੁਕੇਸ਼ ਇਹ ਮੁਕੇਸ਼ ਗੱਲ ਕਰ ਰਿਹਾ ਆਈ ਵਾਂਟ ਟੂ ਗੈਟ ਮਾਈ ਫਾਈਵ ইਅਰਸ ਡਾਟਰ ਐਡਮਿਟਡ ਟੂ ਅ ਗੁੱਡ ਸਕੂਲ ਲਕਸ਼ਮੀ ਜੂ ਆਰ ਐਨ ਅੰਗੜਵਾਦੀ ਵਰਕਰ ਬਿੱਲ ਯੂ ਪਲੀਜ਼ ਸੁਜੈਸਟ ਦਾ ਨੇਮ ਆਫ ਏ ਪ੍ਰਾਇਮਰੀ ਸਕੂਲ ਇਥੇ ਨਾ ਮੁਕੇਸ਼ ਨਾਂ ਦਾ ਇਨਸਾਨ ਹੈ ਜਿਹੜਾ ਕਹਿ ਰਿਹਾ ਕਿ ਮੈਂ ਆਪਣੀ ਲੜਕੀ ਨੂੰ ਵਧੀਆ ਸਕੂਲ ਦੇ ਵਿੱਚ ਪੜਾਉਣਾ ਚਾਹੁੰਦਾ ਤੇ ਲక్ష్ਮੀ ਐਡੀ ਉਂਗੜਵਾੜੀ ਟੀਚਰ ਹੈ ਉਸ ਨੂੰ ਕਹਿੰਦਾ ਕਿ ਤੁਸੀਂ ਕੀ ਮੈਨੂੰ ਇੱਕ ਵਧੀਆ ਸਕੂਲ ਦਾ ਨਾਮ ਦੱਸ ਸਕਦੇ ਹੋ ਲక్ష్ਮੀ ਅੱਗੋ ਦੇਖੋ ਕੀ ਜਵਾਬ ਦਿੰਦੀ ਹੈ ਇਹਨੂੰ ਲక్ష్ਮੀ ਥੇਰ ਇਜ਼ ਅ ਗਵਰਨਮੈਂਟ ਪ੍ਰਾਇਮਰੀ ਸਕੂਲ ਇਨ ਆਵਰ ਬਲੇਜ਼ ਦਾ ਟੀਚਰਸ ਆਰ ਵੈਰੀ ਹਾਰਡ ਵਰਕਿੰਗ ਯੂ ਕੈਨ ਗੈਟ ਯੂਅਰ ਡਾਕਟਰ ਐਡਮਿਟਰ ਥੇਰ लक्ष्मीगणि ਸਾਡੇ ਸਕੂਲ ਪਿੰਡ ਦੇ ਵਿੱਚ ਇੱਕ ਪ੍ਰਾਇਮਰੀ ਸਕੂਲ ਹੈ ਸਰਕਾਰੀ ਹੈ ਠੀਕ ਹੈ ਉੱਥੇ ਟੀਚਰ ਨੇ ਜੋ ਬਹੁਤ ਜ਼ਿਆਦਾ ਹਾਰਡ ਵਰਕਿੰਗ ਨੇ ਤੁਸੀਂ ਆਪਣੀ ਲੜਕੀ ਨੂੰ ਉੱਥੇ ਪੜਾ ਸਕਦੇ ਹੋ ਮੁਕੇਸ਼ ਇਟ ਇਸ ਸੈਟ ਦੈਟ ਗਵਰਨਮੈਂਟ ਸਕੂਲਸ ਡੂ ਨਾਟ ਪ੍ਰੋਵਾਈਡ ਗੁੱਡ এডੂਕੇਸ਼ਨ ਦਾ ਟੀਚਰਸ ਆਰ ਇਰੈਗੂਲਰ ਐਂਡ ਡੋਂਟ ਵਰਕ ਹਾਰਡ ਥੇਅਰ ਇਜ਼ ਨੋ ਪ੍ਰੋਵੀਜ਼ਨ ਆਫ ਟੀਚਿੰਗ ਇੰਗਲਿਸ਼ ਇਨ ਥੈਮ ਮੁਕੇਸ਼ ਕਹਿੰਦਾ ਕਹਿੰਦਾ ਮੈਂ ਸੁਣਿਆ ਕਿ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਟੀਚਰ ਨੇ ਉਹ ਵਧੀਆ ਐਜੂਕੇਸ਼ਨ ਨਹੀਂ ਦਿੰਦੇ ਤੇ ਉਹ ਰੋਜ਼ਾਨਾ ਸਕੂਲ ਵੀ ਨਹੀਂ ਹੁੰਦੇ ਤੇ ਉਹ ਹਾਰਡਵਰਕ ਮਿਹਨਤ ਵੀ ਨਹੀਂ ਕਰਦੇ ਤੇ ਉੱਥੇ ਇੰਗਲਿਸ਼ ਸਿਖਾਉਣ ਦਾ ਕੋਈ ਸਾਧਨ ਵੀ ਨਹੀਂ ਹੈ ਤੇ ਮਤਲਬ ਬੱਚਿਆਂ ਨੂੰ ਉੱਥੇ ਇੰਗਲਿਸ਼ ਨਹੀਂ ਸਿਖਾਈ ਜਾਂਦੀ। ਕੁਐਸਚਨ ਨੰਬਰ ਅੱਗੇ ਲਕਸ਼ਮੀ ਕੀ ਜਵਾਬ ਹੁੰਦੀ ਹੈ देयर ਇਜ਼ ਨੋ ਦੇ ਆਰ ਦੀ ਯੂ ਆਰ ਮਿਸ ਇਨਫੋਰਮੇਸ਼ਨ ਤਾਂ ਨੂੰ ਕਹਿੰਦੇ ਗਲਤ ਦੱਸਿਆ ਗਿਆ ਹੈ। ਇੰਗਲਿਸ਼ ਇਜ਼ ਟਾਉਟ ਫਾਰਮ ਐਵਰੀ ਬਿਗਨਿੰਗ। ਹਰ ਇੱਕ ਬੱਚੇ ਨੂੰ ਸ਼ੁਰੂ ਤੋਂ ਇੰਗਲਿਸ਼ ਸਿਖਾਈ ਜਾਂਦੀ ਹੈ ਚਿਲਡਰ ਆਰ ਆਲਸੋ ਸਰਵਡ ਵਿਦ ਡੇਲੀਸ਼ੀਅਸ ਮਿਡਡੇ ਮੀਲਜ਼ ਬੱਚਿਆਂ ਨੂੰ ਅੱਧੇ ਦਿਨ ਅੱਧੇ ਦਿਨ ਖਾਣਾ ਵੀ ਦਿੱਤਾ ਜਾਂਦਾ ਹੈ ਠੀਕ ਹੈ THROUGHOUT THE YEAR ਸਾਰਾ ਸਾਲ ਦੇ ਆਰ ਟਾਊਟ ਇਨ ਅ ਫਨ ਬੇ ਉਹਨਾਂ ਨੂੰ ਮਜ਼ਾਕ-ਮਜ਼ਾਕ ਦੇ ਵਿੱਚ ਸਿਖਾਇਆ ਜਾਂਦਾ ਹੈ ਮੁਕੇਸ਼ ਬੈਲ ਆਈ ਸ਼ਲ ਗੈਟ ਮਾਈ ਡਾਕਟਰ ਮਾਨਸੀ ਐਡਮਿਟਰਡ ਟੂ ਦਾ ਲੋਕਲ ਗਵਰਨਮੈਂਟ ਪ੍ਰਾਇਮਰੀ ਸਕੂਲ ਟਮਾਰੋ ਮੁਕੇਸ਼ ਕਹਿੰਦਾ ਕਹਿੰਦਾ ਠੀਕ ਹੈ ਫਿਰ ਤਾਂ ਕਹਿੰਦਾ ਜੇ ਇੰਗਲਿਸ਼ ਸਿੱਖਾਈ ਜਾਂਦੀ ਹੈ ਠੀਕ ਹੈ ਖਾਣਾ ਦਿੱਤਾ ਜਾਂਦਾ ਮੈਂ ਆਪਣੀ ਬੱਚੀ ਜਿਹੜੀ ਮਾਨਸੀ ਹੈ ਠੀਕ ਹੈ ਉਸ ਨੂੰ ਲੋਕਲ ਗਵਰਨਮੈਂਟ ਸਕੂਲ ਦੇ ਵਿੱਚ ਕੱਲ੍ਹ ਹੀ ਦਾਖਲ ਕਰਾ ਦਾਂਗਾ ਟੁਮਾਰੋ ਹੁੰਦਾ ਕੱਲ੍ਹ ਤੇ ਹੁਣ ਸਾਥੋਂ ਪ੍ਰਸ਼ਨ ਪੁੱਛੇ ਗਏ ਨੇ ਵਾਟ ਇਜ਼ ਦਾ ਏਜ ਆਫ ਮੁਕੇਸ਼ ਜੀ ਡਾਕਟਰ ਜੇਕਰ ਤੁਹਾਨੂੰ ਇਹ ਯਾਦ ਹੋਵੇਗਾ ਮੈਂ ਬੋਲੇ ਤੇ ਤੁਸੀਂ ਦੇਖ ਸਕਦੇ ਹੋ ਨਹੀਂ ਤੁਸੀਂ ਵੀਡੀਓ ਦੇ ਵਿੱਚ ਵਾਪਸ ਜਾ ਕੇ ਦੇਖਣਾ ਹੈ ਕਿ ਉਸੀ ਲੜਕੀ ਦੀ ਉਮਰ ਕਿੰਨੀ ਹੈ 3 ਸਾਲ ਹੈ 4 ਸਾਲ ਹੈ 5 ਸਾਲ ਹੈ ਜਾਂ 6 ਸਾਲ ਹੈ ਲਕਸ਼ਮੀ ਜ ਲਕਸ਼ਮੀ ਕੌਣ ਹੈ ठीक है एक गौरमेंट स्कूल टीचर एन आंगड़वाड़ी वर्कर ए हार्ड व ए होम मेकर मुकेश सिस्टर क्वेश्चन नंबर तीन ए गौरमेंट स्कूल ऑफर मिड डे मील्स ठीक है ऑप्शन नंबर एक है टवाइसे ईयर ऑप्शन नंबर बी है थरो आल थ्रो द ईयर ऑप्शन नंबर सी है थ टब्बाई से, से बीक इस बाद क्वेश्चन नंबर फोर बाद चलते हैं द नेम ऑफ द गर्ल टू बी एडमिटड इन द स्कूल उस लड़की का नाँ की है जिसका दाखला करवा करवा है ਆਪਸ਼ਨ ਨੰਬਰ A ਹੈਗਾ ਲక్ష్ਮੀ ਆਪਸ਼ਨ ਨੰਬਰ B ਹੈਗਾ ਮਨਸੀ ਆਪਸ਼ਨ ਨੰਬਰ C ਹੈਗਾ ਮਨਾਕਸ਼ੀ ਆਪਸ਼ਨ ਨੰਬਰ D ਹੈਗਾ ਮੰਨਤ ਹੁਣ ਆਪਾਂ ਕੁਐਸਚਨ ਨੰਬਰ 5 ਵੱਲ ਚਲਦੇ ਹਾਂ ਵਿੱਚ ਵਰਡ ਇਨ ਦਾ ਕਨਵਰਸੇਸ਼ਨ ਮੀਨਸ ਸੇਮ ਐਜ਼ ਹਾਈਲੀ ਪਲੀਜ਼ੈਂਟ ਟੂ ਦਾ ਟੇਸਟ ਇਹਨਾਂ ਵਿੱਚੋਂ ਕਿਹੜਾ ਸ਼ਬਦ ਹੈ ਕਨਵਰਸੇਸ਼ਨ ਦੇ ਵਿੱਚ ਜਿਹੜਾ ਹਾਈਲੀ ਪਲੀਜ਼ੈਂਟ ਹੈ ਟੂ ਦਾ ਟੇਸਟ ਠੀਕ ਹੈ ਆਪਸ਼ਨ ਨੰਬਰ A ਹੈਗਾ ਡੇਲੀਸ਼ੀਅਸ ਆਪਸ਼ਨ ਨੰਬਰ B ਹੈਗਾ ਮਿਸ ਇਨਫੋਰਮੇਸ਼ਨ অপশন নাম্বার সি ਹੈਗਾ মিল অপশন নাম্বার ডি ਹੈਗਾ ਮਿਡਡੇ ਮੀਲ ਆਨਸਰ ਐਨੀ 3 ਆਫ ਦਾ ਫੋਲੋਇੰਗ ਕੁਐਸਚਨਸ ਠੀਕ ਹੈ ਇਹਨਾਂ ਵਿੱਚੋਂ ਕਿਸੇ ਤਿੰਨ ਕੁਐਸਚਨਾਂ ਦੇ ਆਨਸਰ ਦੇਣੇ ਨੇ ਵਾਟ ਆਰ ਦਾ ਡਿਫਰੈਂਟ ਕਲਰਸ ਇਨ ਆਰ ਨੈਸ਼ਨਲ ਫਲੈਗ ਇਹਨਾਂ ਵਿੱਚੋਂ ਕਿਹੜਾ ਕਲਰ ਹੈ ਜਿਹੜਾ ਸਾਡੇ ਨੈਸ਼ਨਲ ਫਲੈਗ ਦਾ ਹੈਗੇ ਠੀਕ ਹੈ ਸਾਡੇ ਨੈਸ਼ਨਲ ਫਲੈਗ ਦੇ ਵਿੱਚ ਕਿਹੜੇ ਤਿੰਨ ਰੰਗ ਨੇ वट इज रिटन ऑन द बेस ऑफ आवर नैशनल एम्बलम्ब जो सा नैशनल एम्बलम्ब है ठीक है उस दे बेस के उ लिखा गया है क्वेश्चन नंबर तिना वट इज़ द हंटिंग ऑफ बीकॉकस प्रोहिबिट इन आवर कंट्री बाय इज बाय लिखा हुआ इतने गलत पढ़ गए साडे देश के मोर का शिकार करना क्यों मना किया गया है ਵਟ ਇਜ਼ ਵਟ ਡੂ ਯੂ ਨੋ ਅਬਾਊਟ ਆਵਰ ਨੈਸ਼ਨਲ ਐਨੀਮਲ ਤੁਸੀਂ ਆਪਣੇ ਰਾਸ਼ਟਰੀ ਪੰਛੀ ਬਾਰੇ ਕੀ ਜਾਣਦੇ ਹੋ ਕੁਐਸਚਨ ਨੰਬਰ 5 ਆ ਵਟ ਇਜ਼ ਦਾ ਸੀਲ ਆਫ ਦਾ ਗਵਰਨਮੈਂਟ ਆਫ ਇੰਡੀਆ ਇੰਡੀਆ ਬਟ ਇਜ਼ ਇਟ ਇਜ਼ ਜੂਜਡ ਜਿਹੜੀ ਆਪਣੇ ਦੇਸ਼ ਦੀ ਕਿ ਸੀਲ ਹੁੰਦੀ ਆ ਉਹ ਤੇ ਲਗਾਈ ਜਾਂਦੀ ਏ ਉਹ ਕਿਸ ਚੀਜ਼ ਲਈ ਵਰਤੀ ਜਾਂਦੀ ਏ ਤਾਂ ਆਪਣੇ ਦੇਸ਼ ਦੇ ਬਾਰੇ ਜਿਹੜੇ ਪਾਠ ਨੇ ਉਸ ਦੇ ਵਿੱਚ ਤੁਸੀਂ ਕਰ ਸਕਦੇ ਹੋ ਆਪਣੀ ਬੁੱਕ ਦੇ ਵਿੱਚ ਸਪੈਸ਼ਲ ਪਾਠ ਸੁਨਣ ਦੇ ਲਈ ਹੁਣ ਆਪਾਂ ਕੁਐਸਚਨ ਨੰਬਰ 4 ਵੱਲ ਚੱਲਦੇ ਆਂ ਰੀਡ ਦਾ ਫੋਲੋਇੰਗ ਸਟੈਂਜਾ ਐਂਡ ਆਨਸਰ ਦਾ ਕੁਐਸਚਨਸ ਠੀਕ ਹੈ 2 ਆਊਟ ਆਫ 4 ਜਨ 4 ਕੁਐਸਚਨ ਦਿੱਤੇ ਗਏ ਨੇ ਠੀਕ ਹੈ 4 ਕੁਐਸਚਨ ਉਹਨਾਂ ਦੇ ਵਿੱਚੋਂ ਅਸੀਂ 2 ਦੇ ਕਰਨੇ ਨੇ ਆਨਸਰ ਹਾਊ ਸ਼ਲ ਆਈ ਪੇ ਪੋਇਮ ਪੜ੍ਹ ਰਹੇ ਆਂ ਸੀ ਇਸ ਦੇ ਪ੍ਰਸ਼ਨ ਉੱਤਰ ਪੁੱਛੇ ਜਾਣਗੇ ਹਾਊ ਸ਼ਲ ਆਈ ਪੇ ਹਿਮ ਬੈਕ ਅਗੇਨ ਫੋਰ ਆਲ ਦਾ ਡਿਡ ਟੂ ਮੀ ਆਲ ਹੀ ਡਿਡ ਟੂ ਮੀ ਓ ਗੋਡ ਇਜ਼ ਗ੍ਰੇਟ ਬਟ ਗ੍ਰੇਟਰ ਹਾਰ ਇਜ਼ ਅ ਹੈਵਨਲੀ ਸਿੰਪਥੀ ਸਰਡਿਕਲ ਕੁਚਨੇ ਨੀਮ ਦਾ ਅਪੁਆਇੰਟਮੈਂਟ ਦਾ ਇਟਸ ਪੋਇਟ ਸੈਕੰਡ ਵਾਟ ਇਜ਼ ਦਾ ਪੋਇਟਸ ਪ੍ਰੋਬਲਮ ਥਰਡ ਬਾਏ ਕੈਨ ਨਾਟ ਦਾ ਪੋਇਟ ਪੇ ਬੈਕ ਦਾ ਕਾਈਂਡਨੈਸ ਸ਼ੋਨ ਬਾਏ ਦਾ ਪੂਰ ਮੈਨ ਆਪਸ਼ਨ ਨੰਬਰ 4 ਹੈਗਾ ਬਟ ਅਕੋਰਡਿੰਗ ਟੂ ਦਾ ਪੋਇਟ ਇਜ਼ ਗ੍ਰੇਟਰ ਦੈਨ ਗੋਲਡ ਠੀਕ ਹੈ ਸਭ ਤੋਂ ਪਹਿਲਾਂ ਪੋਇਟ ਦੇ ਪੋਇਮ ਤੇ ਪੋਇਟ ਦਾ ਨਾਮ ਪੁੱਛਿਆ ਗਿਆ ਠੀਕ ਹੈ ਪੋਇਟ ਦੀ ਪ੍ਰੋਬਲਮ ਕੀ ਹੈ ਤੇ ਉਹ ਆਪਣੀ ਗਰੀਬ ਨੂੰ ਆਪਣੀ ਜਿਹੜੀ ਦਇਆਲਤਾ ਠੀਕ ਹੈ ਉਹ ਆਪਣਾ ਵਾਪਸ ਕਿਉਂ ਨਹੀਂ ਕਰ ਸਕਦਾ ਗਰੀਬ ਆਦਮੀ ਨੂੰ ਠੀਕ ਹੈ ਕੁਐਸਚਨ ਨੰਬਰ 4 ਵਟ ਅਕੋਰਡਿੰਗ ਟੂ ਪੋਇਟ ਇਜ਼ ਗ੍ਰੇਟਰ ਦੈਨ ਗੋਲਡ ਉਸਨੇ ਪੋਇਟ ਦੇ ਅਨਸਾਰ ਸੋਨੇ ਤੋਂ ਵੀ ਮਹਿੰਗੀ ਚੀਜ਼ ਕਿਹੜੀ ਹੈ ਤਿੰਨਾਂ ਪ੍ਰਸ਼ਨਾਂ ਦੇ ਉੱਤਰ ਦੇਣੇ ਨੇ ਇਸ ਤੋਂ ਬਾਅਦ ਅੱਗੇ ਚੱਲਦੇ ਹਾਂ ਸਾਨੂੰ ਨਾ ਟਰਾਂਸਲੇਸ਼ਨ ਕਰਨ ਨੂੰ ਕਿਹਾ ਗਿਆ ਇਹਨਾਂ ਨੂੰ ਪੰਜਾਬੀ ਦੇ ਵਿੱਚ ਅਸੀਂ ਟਿੱਕ ਕਰਨਾ ਹੈ ਕਿ ਇਸ ਸ਼ਬਦ ਦਾ ਪੰਜਾਬੀ ਦੇ ਵਿੱਚ ਕੀ ਅਰਥ ਹੋਵੇਗਾ ਸ਼ਬਦ ਦਾ ਸੈਫਰਨ ਇਜ਼ ਐਟ ਦਾ ਟੌਪ ਐਟ ਦਾ ਟੌਪ ਠੀਕ ਹੈ ਜਿਹੜਾ ਸੈਫਰਨ ਦਾ ਸੰਤਰੀ ਰੰਗ ਹੁੰਦਾ ਹੈ ਤਾਂ ਇਸ ਨੂੰ ਸਾਨੂੰ ਕਿਹੜਮ ਵਿੱਚ ਕਿਹਾ ਗਿਆ ਕੇਸਰੀ ਰੰਗ ਸਭ ਤੋਂ ਉੱਪਰ ਹੈ ਕੇਸਰੀ ਰੰਗ ਸਭ ਤੋਂ ਉੱਪਰ ਸੀ ਕੇਸਰੀ ਰੰਗ ਸਭ ਤੋਂ ਉੱਪਰ ਹੋਵੇਗਾ ਕੇਸਰੀ ਰੰਗ ਉੱਪਰ ਲਈ ਹੈ ਠੀਕ ਹੈ ਤੇ ਇਸ ਤੋਂ ਬਾਅਦ ਸੈਕੰਡ ਬੁਈ ਕਾਰ ਲਿਟ ਦਾ ਅਸ਼ੋਕ ਚੱਕਰਾ ਅਸੀਂ ਇਸ ਨੂੰ ਅਸ਼ੋਕ ਚੱਕਰ ਕਹਿੰਦੇ ਸੀ ਅਸੀਂ ਇਸ ਨੂੰ ਸ਼ੋਕ ਚੱਕਰ ਕਹਿੰਦੇ ਹਾਂ ਅਸੀਂ ਇਸ ਨੂੰ ਸੋਚ ਅਸ਼ੋਕ ਚੱਕਰ ਕਹਾਂਗੇ ਅਸੀਂ ਅਸ਼ੋਕ ਚੱਕਰ ਕਹਿ ਰਹੇ ਸੀ ਠੀਕ ਹੈ ਤਾਂ ਅਸੀਂ ਸਹੀ ਦੇ ਉੱਤੇ ਨਿਸ਼ਾਨ ਲਗਾਉਣਾ ਸਿਰਫ ਕੁਸਚਨ ਨੰਬਰ 3 ਇਟ ਫਿਲ ਜਸਬਿਤ ਪ੍ਰਾਈਡ ਇਹ ਸਾਡੇ ਵਿੱਚ ਗੌਰਵ ਦੀ ਭਾਵਨਾ ਪੈਦਾ ਕਰਦਾ ਹੈ ਇਹ ਸਾਡੇ ਵਿੱਚ ਗੌਰਵ ਦੀ ਭਾਵਨਾ ਪੈਦਾ ਕਰੇਗਾ ਇਹ ਸਾਡੇ ਵਿੱਚ ਗੌਰਵ ਦੀ ਭਾਵਨਾ ਪੈਦਾ ਕਰਦਾ ਸੀ ਇਹ ਸਾਡੇ ਵਿੱਚ ਗੌਰਵ ਦੀ ਭਾਵਨਾ ਪੈਦਾ ਕਰ ਰਿਹਾ ਸੀ ਕੋਚ 4 ਬੂਈ ਸਲੂਟ आवर ਨੈਸ਼ਨਲ ਫਲੈਗ ਅਸੀਂ ਝੰਡੇ ਨੂੰ ਸਲਾਮ ਕੀਤਾ ਅਸੀਂ ਆਪਣੇ ਰਾਸ਼ਟਰੀ ਝੰਡੇ ਨੂੰ ਸਲਾਮ ਕਰਦੇ ਸੀ ਅਸੀਂ ਆਪਣੇ ਰਾਸ਼ਟਰੀ ਝੰਡੇ ਨੂੰ ਸਲਾਮ ਕਰਦੇ ਹਾਂ ਅਸੀਂ ਆਪਣੇ ਰਾਸ਼ਟਰੀ ਝੰਡੇ ਨੂੰ ਸਲਾਮ ਕਰਾਂਗੇ ਕੁਐਸਚਨ ਨੰਬਰ 5 our national animal is tiger ਸਾਡਾ ਰਾਸ਼ਟਰੀ ਪਸ਼ੂ ਚਿਤਾ ਹੈ ਸਾਡਾ ਰਾਸ਼ਟਰੀ ਪਸ਼ੂ ਸ਼ੇਰ ਹੈ ਸਾਡਾ ਰਾਸ਼ਟਰੀ ਪਸ਼ੂ ਸ਼ੇਰ ਸੀ ਸਾਡਾ ਰਾਸ਼ਟਰੀ ਪਸ਼ੂ ਚਿਤਾ ਸੀ ਕੁਐਸਚਨ ਨੰਬਰ 6 ਦੇਖਔਰ ਜਸ ਇਹ ਸਾਨੂੰ ਪ੍ਰੇਰਿਤ ਕਰਦੇ ਹਨ ਇਹ ਸਾਨੂੰ ਪ੍ਰੇਰਿਤ ਕਰਦੇ ਸੀ ਇਹ ਪ੍ਰੇਰਿਤ ਕਰਦੇ ਹਨ ਉਹ ਪ੍ਰੇਰਿਤ ਹੋ ਰਿਹਾ ਸੀ ਕਵੈਸਚਨ ਨੰਬਰ 6 ਚੂਜ਼ ਦਾ ਕਰੈਕਟ ਟ੍ਰਾਂਸਲੇਸ਼ਨ ਆਫ ਦਾ 기ਵਨ ਸੈਂਟੈਂਸ ਪੰਜਾਬੀ ਟੂ ਇੰਗਲਿਸ਼ ਠੀਕ ਹੈ ਡੂ ਐਨੀ 3 ਆਊਟ ਆਫ 6 ਸਾਨੂੰ ਛੀ ਦੇ ਵਿੱਚੋਂ ਸਿਰਫ 3 ਕਰਨੇ ਹਨ ਇੱਥੇ ਉੱਪਰ ਵੀ ਅਸੀਂ 3 ਹੀ ਕਰਨੇ ਨੇ 6 ਦਿੱਤੇ ਹੋਏ ਨੇ ਦਾਦੀ ਨੇ ਚੰਗੀ ਕਹਾਣੀ ਸੁਣਾਈ ਸੀ ਸਾਡੇ ਕੋਲ 4 ਆਪਸ਼ਨਾਂ ਹੈਗੀਆਂ ਨੇ ਦਾ ਗ੍ਰੈਂਡਮਦਰ ਹੈਡ ਟੋਲਡ ਅ ਗੁੱਡ ਸਟੋਰੀ ਦਾ ਗ੍ਰੈਂਡਮਦਰ ਹੈਜ਼ ਟੋਲਡ ਅ ਗੁੱਡ ਸਟੋਰੀ ਇਹਨਾਂ ਵਿੱਚ ਹੈਡ ਤੇ ਹੈਜ਼ ਦਾ ਫਰਕ ਹੈ ਠੀਕ ਹੈ ਦਾ ਗ੍ਰੈਂਡਮਦਰ ਬਾਸ ਟੈਲਿੰਗ ਅ ਗੁੱਡ ਸਟੋਰੀ ਇੱਥੇ ਬਾਸ ਟੈਲਿੰਗ ਆ ਗਿਆ द ग्रेंड मदर हैज बीन टैलिंग ए गुड स्टोरी थे हैड बीन आ गया ठीक है इन्हें सही ऑप्शन चुनी है क्वेश्चन नंबर टू थे किहोजि ऑप्शन नंबर एक है हाउ इज़ यूअर डे हाउ वाज यूअर डे हाउ बाज़ माई डे हाउ इज माई डे क्वेश्चन नंबर थर्ड है तुम्हें झूठ क्यों बोलिया बाय डड यू टैले लाई बाय डू यू टैले लाई बाय डड ही टैले लाई बाय डड ही टोल डे लाई ठीक है ते इस तो इसके बाद आप अगे चलते हैं। क्वेश्चन नंबर चार तुसी अपनी छुट्टी कितने बिताई तुम्हें अपनी छुट्टी कितने बिताई वे आर डड यू स्पेंड यूअर हॉलीडेज़ वे डू यू सपेंड यूअर हॉलीडेज़ हाउ डू यू सपेंड यूअर हॉलीडेज़ हाउ डड यू सपेंड यूअर ਸੋ ਬਾਦ ਆਪਾਂ ਚੱਲਦੇ ਹਾਂ ਕੁਐਸਚਨ ਨੰਬਰ 5 ਵੱਲ ਤੁਹਾਡਾ ਪੱਕਾ ਮਿੱਤਰ ਕੌਣ ਹੈ অপਸ਼ਨ A ਹੂ ਇਜ਼ ਯੂਅਰ ਵੈਸਟ ਫਰੈਂਡ ਹੂ ਬਾਜ਼ ਯੂਅਰ ਵੈਸਟ ਫਰੈਂਡ ਹੂ ਹਾਊ ਬਾਜ਼ ਯੂਅਰ ਵੈਸਟ ਫਰੈਂਡ ਠੀਕ ਹੈ ਕੁਐਸਚਨ ਨੰਬਰ D ਹੈ ਗਿਆ ਹਾਊ ਇਜ਼ ਯੂਅਰ ਵੈਸਟ ਫਰੈਂਡ ਇਹਨਾਂ ਚਾਰਾਂ ਵਿੱਚੋਂ ਜਿਹੜਾ ਤੁਹਾਨੂੰ ਸਹੀ ਲੱਗਦਾ ਟਿੱਕ ਕਰ ਦੇਣਾ ਤੇ ਕੁਐਸਚਨ ਨੰਬਰ 6 ਉਸਨੇ ਜਵਾਬ ਕਿਉਂ ਨਹੀਂ ਦਿੱਤਾ অপਸ਼ਨ A ਵਾਈ ਡਸ ਹੀ ਨਾਟ ਰਿਪਲਾਈ ਵਾਈ ਬਾਜ਼ ਹੀ ਨਾਟ ਰਿਪਲਾਈ ਵਾਈ ਡਿਡ ਹੀ ਨਾਟ ਰਿਪਲਾਈ ਬੈਨ ਡਿਡ ਹੀ ਨਾ ਟ੍ਰਿਪ ਲਏ ਠੀਕ ਹੈ ਚਾਰਾਂ ਦੇ ਵਿੱਚੋਂ ਇੱਕ ਸਹੀ ਆਪਸ਼ਨ ਉੱਤੇ ਟਿੱਕ ਲਗਾ ਦੇਣਾ। ਕੁਚ ਨੰਬਰ 7 ਕੰਪਲੀਟ ਦਾ ਫੋਲੋਇੰਗ ਪੈਰਾਗ੍ਰਾਫ ਇਨ 8200 ਵਰਡਸ ਅਸੀਂ 200 ਸ਼ਬਦਾਂ ਦੇ ਵਿੱਚ ਇਸ ਨੂੰ ਪੈਰਾਗ੍ਰਾਫ ਦਾ ਆਨਸਰ ਦੇਣਾ ਹੈ। ਹਿੰਟ ਮਾਈ ਮਦਰ ਜੀ ਨਰਸ ਸ਼ੀ ਸਪੈਂਡਸ ਹਰ ਡੇ ਅਕੋਰਡਿੰਗ ਟੂ ਅ ਸੈਟ ਟਾਈਮ ਟੇਬਲ ਸ਼ੀ ਗੈਟਸ ਅਪ अर्ਲੀ ਇਨ ਦਾ ਮਾਰਨਿੰਗ ਸ਼ੀ ਪ੍ਰਿਪੇਅਰਸ ਬੈਡ ਟੀ ਫੋਰ ਆਲ ਆਫ ਅਸ। ਔਰ ਔਰ ਦਾ ਮਤਲਬ ਹੁੰਦਾ ਜਾਂ ਇਹਨਾਂ ਦੇ ਵਿੱਚੋਂ ਜਾਂ ਆ ਕਰ ਸਕਦੇ ਹਾਂ ਜਾਂ ਉੱਪਰ ਵਾਲਾ ਕਰ ਸਕਦੇ ਹਾਂ ਰਾਈਟ ਅਨ ਐਪਲੀਕੇਸ਼ਨ ਟੂ ਯਰ ਹੈਡਮਾਸਟਰ ਰਿਕੁਐਸਟਿੰਗ ਹਿਮ ਟੂ ਐਗਜ਼ੈਮਪਟ ਯੂ ਫਰੋਮ ਪੇਮੈਂਟ ਆਫ ਸਕੂਲ ਫੀ ਆਪਣੇ ਸਕੂਲ ਦੇ ਟੀਚਰ ਨੂੰ ਲਿਖਣਾ ਹੈ ਆਪਣੀ ਫੀਸ ਮਾਫ ਕਰਾਉਣ ਦੇ ਲਈ ਕੁਐਸਚਨ ਨੰਬਰ ਏ ਡੂ ਐਸ ਡਰੈਕਟਡ ਜਿਵੇਂ ਕਿਹਾ ਗਿਆ ਉਵੇਂ ਕਰਨੇ ਨੇ ਚੂਜ਼ ਦਾ ਕਰੈਕਟ ਆਪਸ਼ਨ ਇਹਨਾਂ ਵਿੱਚੋਂ ਸਹੀ ਆਪਸ਼ਨ ਚੁਣਨੀ ਹੈ ਇਦਰ ਯੂ ਆਰ ਹੀ ਡੈਸ਼ ਮਿਸਟੇਕਨ ਇਜ਼ ਆਰ ਡੂ ਡਸ ਦਾ ਨਿਊਜ਼ ਆਫ ਦਾ ਫਲਡ ਡੈਸ਼ कउ्जर ग्रेट अनेगजिटी हैज़ हैव हैज बीन हैज बिन हैड विन ठीक है इस तो बाद अगे चलते हैं क्वेश्चन नंबर थर्ड इज इट डैश कोल्ड टूडे वेरी मोर मच मोस्ट ठीक है इन चारों टिक लगा क्वेश्चन नंबर फोर आई हैव डैश स्पोकन टू हिम बिफोर अलरेडी एगो सिंस तय पेपर तीस करना है धन्यवाद